ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵਿਜ਼ਿਟ ਹੈਗੀ ਆ, ਪਿੰਡ ਕਰਿਆਲਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਗੁਰਪ੍ਰੀਤ ਸਿੰਘ ਗੋਪੀ ਵੀਰ ਦੇ ਕੋਲ, ਲਾਟੀ ਡੇਅਰੀ ਫਾਰਮ 'ਤੇ। ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ, ਵੀਰ ਦਾ ਪਸ਼ੂ ਵਪਾਰ ਦਾ ਕੰਮ, ਸੇਲ ਪਰਚੇਜ ਵਾਲੇ ਪਸ਼ੂ ਇਸ ਘਰ ਆਉਂਦੇ ਰਹਿੰਦੇ ਆ ਦੋਸਤੋ ਰੂਟੀਨ ਦੇ ਵਿੱਚ। ਪਹਿਲਾਂ ਅੱਜ ਤੋਂ ਕੋਈ ਦੋ ਕੁ ਦਿਨ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਦੋਸਤੋ ਦਿਖਾਈ ਸੀ, ਦੋ ਵੈੜਾਂ ਵਿਕਾਊ ਸੀਗੀਆਂ। ਵੈੜਾਂ ਉਹ ਵੀ ਕਾਫੀ ਸ਼ਾਨਦਾਰ ਸੀਗੀਆਂ। ਅੱਜ ਜਿਹੜੀ ਵੀਰ ਨੇ ਵੈੜ ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਲਿਆ ਕੇ ਪੇਸ਼ ਕੀਤੀ ਹੈ ਦੋਸਤੋ, ਅਤੇ ਇਹ ਜਿਹੜੀ ਵੈੜ ਦੋਸਤੋ ਇਹ ਸੇਲ ਵੀ ਹੋ ਚੁੱਕੀ ਹੈ। ਪੂਰੀ ਜ਼ਬਾਨੀ ਆਪਾਂ ਵੀਰ ਦੀ ਸੁਣਾਂਗੇ। ਇਹ ਵੈੜ ਜਿਹੜੀ ਦੋਸਤੋ ਸੇਲ ਵੀ ਹੋ ਚੁੱਕੀ ਆ। ਫਿਲਹਾਲ ਇੱਕ ਵਿਖਾਉਣ ਦਾ ਵੀਰ ਦਾ ਪਰਪਸ ਇਹ ਸੀਗਾ ਵੀ ਇਸ ਤਰ੍ਹਾਂ ਦੇ ਪਸ਼ੂ ਜਿਹੜੇ ਆ ਆਉਂਦੇ ਰਹਿੰਦੇ ਆ, ਕਿਉਂਕਿ ਕੁਝ ਕੁ ਵੀਰ ਜਿਹੜਾ ਲੱਖ ਦੇ ਬਿਲਕੁਲ ਅੰਦਰ ਬਾਹਰ ਇਨਵੈਸਟ ਕਰਦੇ ਆ, ਅਤੇ ਲੱਖੋਂ ਬਾਹਰ ਵੀ ਜਿਹੜੇ ਦੋਸਤੋ ਵੀਰ ਕੋਈ ਪਸ਼ੂ ਖਰੀਦਣ 'ਤੇ ਚਾਹਵਾਨ ਹੁੰਦੇ ਆ ਵੀ ਜਿਹੋ ਜਿਹੀ ਮਿਲਕ ਕਪੈਸਿਟੀ ਹੁੰਦੀ ਆ ਦੋਸਤੋ ਪਸ਼ੂਆਂ ਦੀ, ਉਸ ਦੇ ਅਕੋਰਡਿੰਗ ਜਿਹੜਾ ਰੇਟ ਮੁੱਲ ਭਾਅ ਪੜਤਾ ਕੀਤਾ ਜਾਂਦਾ ਤੈਅ। ਸੋ ਅੱਜ ਜਿਹੜੀ ਦੋਸਤੋ ਇਹ ਵੈੜ ਤੁਹਾਨੂੰ ਦਿਖਾਉਣੀ ਆ, ਫੁੱਲ ਵੱਡੇ ਕੱਦਕੜ ਦੇ ਵਿੱਚ ਆ, ਸੋਹਣੀ ਵੇਲ ਆ, ਅਤੇ ਮਿਲਕਿੰਗ ਵੀ ਵੀਰ ਤੋਂ ਪੁੱਛਾਂਗੇ ਵੀ ਪਿਛਲੇ ਘਰੋਂ ਜਿੱਥੋਂ ਵੀ ਖਰੀਦੀ ਆ ਕਿੰਨੀ ਮਿਲਕਿੰਗ, ਇਹਦੀ ਹਾਈਐਸਟ ਮਿਲਕ ਕਪੈਸਿਟੀ ਜਿਹੜੀ ਆ ਉਹ ਕਿੰਨੀ ਦੱਸੀ ਗਈ ਆ ਘਰ ਵਾਲਿਆਂ ਵੱਲੋਂ, ਅਤੇ ਹੁਣ ਸੂਏ ਕਿਨਵੇਂ ਆ, ਰੇਟ ਪੜਤਾ ਕਿੰਨਾ, ਇਹਦਾ ਮੁੱਲ ਸੀਗਾ ਦੋਸਤੋ ਕਿੰਨੇ ਮੁੱਲ 'ਤੇ ਜਿਹੜੀ ਅੱਗੇ ਸੇਲ ਕੀਤੀ ਆ, ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰ ਲੈਂਦੇ ਹਾਂ, ਆਓ ਲੈਂਦੇ ਹਾਂ ਪੂਰੀ ਜਾਣਕਾਰੀ। ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜ ਵੀਰੇ, ਹੋਰ ਕੀ ਹਾਲ ਚਾਲ ਨੇ? ਬੜੇ ਵਧੀਆ, ਠੀਕ ਠਾਕ ਜੀ। ਸਾਰੇ ਰਾਜ ਸੰਧੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ ਜਿਹੜਾ ਇੰਨਾ ਪਿਆਰ ਕਰਦੇ ਵੀਰ। ਠੀਕ ਆ ਜੀ। ਅੱਛਾ, ਇੱਕ ਤਾਂ ਗੁਰਪ੍ਰੀਤ ਵੀਰ ਪਹਿਲਾਂ ਤਾਂ ਤੈਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ, ਆਪਣੇ ਭੈਣ ਭਰਾ ਜਿੰਨੇ ਵੀ ਆਪਣੇ ਨਾਲ ਵਪਾਰੀ ਵੀਰ ਆ, ਚਾਹੇ ਆਪਣੇ ਦੇਸ਼ ਵਿਦੇਸ਼ ਵਿੱਚ ਬੈਠੇ ਭਾਈਚਾਰਾ, ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ, ਕੋਈ ਡੇਢ ਦੁੱਗਣੀ ਦੀ ਰਾਤ ਚੌਗਣੀ ਜਿਹੜੀ ਤਰੱਕੀ ਕਰਦੇ, ਤਰੱਕੀ ਬਖਸ਼ਣ ਸਾਰੇ। ਅਤੇ ਬਾਕੀ ਗੁਰਪ੍ਰੀਤ ਲਾਟੀ ਡੇਅਰੀ ਫਾਰਮ ਵੱਲੋਂ ਵੀ ਦੋਸਤੋ ਸਾਰੇ ਵੀਰਾਂ ਨੂੰ ਢੇਰ ਸਾਰੀਆਂ ਕਰੋੜ ਕਰੋੜ ਲੱਖ ਲੱਖ ਵਧਾਈਆਂ ਹੋਣ। ਅਤੇ ਪਸ਼ੂ ਦੋਸਤੋ ਸੇਲ ਪਰਚੇਜ ਦਾ ਕੰਮ ਹੈ, ਭਰਾ ਦਾ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ। ਅੱਛਾ ਗੁਰਪ੍ਰੀਤ, ਜਿਹੜੀ ਵੈੜ ਨਗੀਨਾ ਕੱਢਿਆ, ਹਾਂਜੀ, ਇਹ ਕਿੱਥੋਂ ਕੱਢਿਆ ਫਿਰ? ਇਹ ਵੀਰ ਜੀ ਇਸ ਤਰ੍ਹਾਂ ਹੀ ਬੜੇ, ਇਹ ਨਾ ਕਈ ਨਗੀਨੇ ਇਹੋ ਜਿਹੇ ਵੀ ਆਪਾਂ ਪੈਸੇ ਲੈ ਕੇ ਤੁਰੇ ਫਿਰਦੇ ਮਿਲਦੇ ਨਹੀਂ ਗੇ, ਅਤੇ ਕਈ ਵਾਰੀ ਫਿਰ ਪਰਮਾਤਮਾ ਕਿਰਪਾ ਕਰਦਾ ਵੀ ਆਵਾਜ਼ ਮਾਰ ਕੇ ਨਗੀਨਾ ਦਿੱਤਾ। ਵਾਹ ਜੀ ਵਾਹ। ਅੱਛਾ ਗੁਰਪ੍ਰੀਤ ਵੀਰ, ਇੱਕ ਥੋੜ੍ਹਾ ਛੋਟਾ ਜਿਹਾ ਗੇੜਾ ਇਹਦਾ ਲਵਾਈਏ, ਫਿਰ ਗੱਲ ਥੋੜ੍ਹੀ ਥੋੜ੍ਹੀ ਹੋਰ ਨਾਲ ਤੋਰਾਂਗੇ। ਸੋ ਦੋਸਤੋ ਥੋੜ੍ਹਾ ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ, ਵੈੜ ਵਧੇਰੇ ਸਮਝ ਆ ਜੂਗੀ। ਬਾਕੀ ਵੀਰ ਤੋਂ ਪੁੱਛਾਂਗੇ ਵੀ ਜਿਹੜੀ ਪਿਛਲੀ ਸੂਬੇ ਦੀ ਮਿਲਕ ਕਪੈਸਿਟੀ ਕੀ ਸੀ ਇਹਦੀ, ਅਤੇ ਹੁਣ ਜਿਹੜਾ ਦੋਸਤੋ ਟਾਈਮ ਕਿੰਨਾ ਪਿਆ ਹਜੇ ਸੂਣ ਦੇ ਵਿੱਚ? ਠੀਕ ਆ ਜੀ। ਅਤੇ ਗੁਰਪ੍ਰੀਤ ਥੋੜ੍ਹਾ ਜਿਹਾ ਬੈਕ ਵੀਰੇ ਮੋੜ ਕੇ ਦਿਖਾ ਦਈਏ ਟਰਾਲੀ ਸਾਈਡ ਤੋਂ ਵੀ, ਆ ਲਓ ਜੀ। ਲਓ ਵੀ ਦੋਸਤੋ ਕਰੋ ਚੈੱਕ, ਆਰਡਰ ਜਿਹੜਾ ਦੋਸਤੋ ਸੋਹਣਾ ਬਣਾ ਰਹੀ ਹੈ ਕਰਮਾਂ ਵਾਲੀ। ਬਾਕੀ ਜਿਸ ਹਿਸਾਬ ਨਾਲ ਵੀਰ ਮਿਲਕਿੰਗ ਦੱਸ ਰਿਹਾ ਵਾ ਉਹ ਵੀ ਆਪਾਂ ਪੁੱਛਾਂਗੇ, ਉਸ ਅਕੋਰਡਿੰਗ ਦੇ ਜੇਕਰ ਦੋਸਤੋ ਦੇਖੀਏ ਤਾਂ ਥਣ ਚੱਡਾ ਲੇਵਾ ਚੱਡਾ ਹੋਰ ਬਣਾ ਕੇ ਤਿਆਰ ਕਰੂ ਕਰਮਾਂ ਵਾਲੀ। ਦਿਨ ਪੁੱਛਾਂਗੇ ਹਜੇ ਕਿੰਨੇ ਦਿਨ ਹਜੇ ਲੈਫਟ ਨੇ, ਕਿੰਨੇ ਦਿਨ ਬਾਕੀ ਆ। ਆਹ ਦੇਖੋ ਜੀ ਇੱਕ ਵਾਰੀ ਤੁਹਾਨੂੰ ਬਿਲਕੁਲ ਇੱਕ ਵਾਰੀ ਥਣ ਚੱਡਾ ਜਿਹੜਾ ਦੋਸਤੋ ਦਿਖਾਉਂਦੇ ਆ ਵੈੜ ਦਾ, ਆਹ ਕਰੋ ਚੈੱਕ। ਸੋ ਵੇਣ ਵੂਣ ਕਾਫੀ ਜ਼ਿਆਦੀਆਂ ਦੋਸਤੋ, ਹਾਈਐਸਟ ਮਿਲਕ ਕਪੈਸਿਟੀ ਵਾਲੇ ਪਸ਼ੂ ਆ, ਬਿਲਕੁਲ ਜਿਹੜੀ ਆ ਵੇਣ ਵੂਣ ਉੱਭਰੀਆਂ ਹੋਈਆਂ ਮੋਟੇ ਤੌਰ 'ਤੇ ਜਿਵੇਂ ਚੱਡਿਆਂ ਦੇ ਉੱਪਰ ਨਜ਼ਰ ਆਉਂਦੀਆਂ ਨੇ ਆਪਾਂ ਨੂੰ। ਆਹ ਦੇਖੋ ਜੀ,
ਠੀਕ ਆ। ਸੋ ਕਾਫੀ ਸੋਹਣੀ ਆਰਡਰ ਕੁਆਲਿਟੀ ਆ, ਹਜੇ ਦਿਨ ਹਜੇ ਪਏ ਆ ਦੋਸਤੋ, ਪੁੱਛਦੇ ਹਾਂ ਆਪਾਂ ਵੀਰ ਤੋਂ। ਅੱਛਾ ਗੁਰਪ੍ਰੀਤ, ਫਿਰ ਸਮਾਂ ਹਜੇ ਕਿੰਨਾ ਬਾਕੀ ਸੋਣ 'ਚ? ਇਹਦੇ ਰਾਜਵੀਰ 9 ਤਰੀਕ ਨੂੰ ਦਿਨ ਪੂਰੇ ਆ। 9 ਜਨਵਰੀ ਨੂੰ? ਹਾਂਜੀ 9 ਜਨਵਰੀ ਨੂੰ, ਨਵੇਂ ਸਾਲ ਦੀ 9 ਤਰੀਕ ਨੂੰ। 9 ਤਰੀਕ ਨੂੰ ਲਓ ਦੋਸਤੋ, ਨਵੇਂ ਸਾਲ ਦੀ 9 ਤਰੀਕ 9 ਜਨਵਰੀ ਨੂੰ ਦਿਨ ਪੂਰੇ ਹੋਣੇ ਆ। ਅਤੇ ਅੱਛਾ ਗੁਰਪ੍ਰੀਤ, ਮੰਨ ਲਓ ਵੀ ਜਿੱਥੋਂ ਵੀ ਬੈਕ ਪਿੱਛੋਂ ਇਹਦੀ ਵੇਖੀਏ ਆਪਾਂ, ਹਾਂਜੀ, ਜਿੱਥੋਂ ਵੀ ਆਈਏ, ਕੋਈ ਦੱਸਿਆ ਮਿਲਕ ਰਿਕਾਰਡ ਪਿਛਲੇ ਦੂਜੇ ਸੂਬੇ ਦਾ ਜਾਂ? ਹਾਂ, 38 ਲੀਟਰ ਦੁੱਧ ਇਹਦਾ ਰਿਕਾਰਡ ਆ, 38 ਲੀਟਰ ਫਾਰਮ ਦੇ ਵਿੱਚ। ਹਾਂਜੀ। ਅੱਛਾ ਹੁਣ ਸੂਆ ਕਿੰਨਾ ਸੁਣਦੀ ਹੈ? ਇਹ ਵੀ ਜੀ ਦੂਜਾ ਸੂਆ। ਦੂਜਾ? ਹਾਂਜੀ, ਦੂਜੇ ਸੁਣਦੀ ਹੈ। ਹਾਂਜੀ, ਠੀਕ ਆ। ਪਹਿਲੇ ਸੂਬੇ ਦਾ 38 ਲੀਟਰ? ਹਾਂਜੀ, ਠੀਕ ਆ ਜੀ। ਲਓ ਵੀ ਦੋਸਤੋ, ਦੂਜਾ ਸੂਆ ਵੀਰ ਦੱਸ ਰਿਹਾ ਵੀ ਇਹ ਸੁਣਦੀ ਆ, 38 ਲੀਟਰ ਪਹਿਲੇ ਸੂਬੇ ਦਾ ਰਿਕਾਰਡ ਸੀ। ਪਰ ਆਪਣੀ ਕੋਸ਼ਿਸ਼ ਇਹੋ ਹੋਇਆ ਕਰੂਗੀ ਵੀ 40 ਪਲੱਸ 50 ਪਲੱਸ ਵੀ ਆਪਾਂ ਵਿਹੜਾ ਹੁਣ ਹਾਜ਼ਰ ਮਿਲਿਆ ਕਰਨਗੀਆਂ ਤੁਹਾਨੂੰ। ਸਹੀ ਆ ਜੀ, ਮੰਗ ਵੇਖਦੇ ਹਾਂ, ਭੈਣ ਭਰਾਵਾਂ ਦੀ ਮੰਗ ਆਉਂਦੀ ਹੈ, ਕਾਫੀ ਡਿਮਾਂਡ ਆਉਂਦੀ ਆ, ਬਹੁਤ ਜ਼ਿਆਦਾ। ਠੀਕ ਆ ਜੀ। ਹਾਂਜੀ, ਕਿਉਂਕਿ ਉੱਦਣ ਵਾਲੀਆਂ ਆਪਾਂ ਵਿਹੜਾ ਪਾਈਆਂ, ਚਲੋ ਹੈਗੀਆਂ ਤਾਂ ਬਹੁਤ ਉਹ ਵੀ ਚੰਗੀਆਂ ਸੀ, ਅਤੇ ਉੱਦਣ ਤਾਂ ਵੀਡੀਓ ਦੇ ਨਾਲ ਵੀਰਾਂ ਨੇ ਬਹੁਤ ਜ਼ਿਆਦਾ ਮੰਗ ਕੀਤੀ ਆ। ਠੀਕ ਆ। ਕਿਉਂਕਿ ਦੋ ਸ਼ੈੱਡ ਵਾਲੇ ਵੀਰਾਂ ਦੇ ਆਏ ਆ ਵੀ ਕਿਸੇ ਨੇ 10 ਲੈਣੀਆਂ, ਕਿਸੇ ਨੇ 12, ਅਤੇ ਉਸ ਹਿਸਾਬ ਨਾਲ ਫਿਰ ਹਾਈ ਮਿਲਕ ਵਾਲੀਆਂ ਤੁਹਾਨੂੰ ਪਤਾ ਸ਼ੈੱਡ 'ਚ ਚੱਲਦੀਆਂ। ਬਿਲਕੁਲ ਜੀ। ਲੋਕ ਤਾਂ ਇਹ ਵੀ ਆ ਵੀ ਇੱਕ ਤਾਂ ਚਲੋ ਦੁੱਧ ਤਾਂ ਇਹਨੇ ਕਰਮ ਵਾਲੀ ਨੇ ਦੇਣਾ ਹੀ ਦੇਣਾ, ਇਹਦੀ ਇਹਦਾ ਵਜਨ, ਇਹਦਾ ਕੱਦ ਅਤੇ ਇਹਦਾ ਸਨੱਪ ਬਹੁਤ ਜ਼ਿਆਦਾ ਕਿਸੇ ਵਿਰਲੀ ਵਹਿਣ ਨੂੰ ਲੱਗਾ ਹੁੰਦਾ, ਰੰਗਬਾਜ ਪੂਰੀ ਹੈ ਬਹੁਤ ਜ਼ਿਆਦਾ। ਲਓ ਜੀ, ਸੂਰਤ ਬਹੁਤ ਜ਼ਿਆਦਾ ਸੋਹਣੀ ਆ, ਅਤੇ ਬਾਕੀ ਕਲਰ ਵੀ ਤੁਸੀਂ ਦੇਖ ਲਿਆ, ਬਿਲਕੁਲ ਬਲੈਕ ਦੇ ਵਿੱਚ ਜਿਹੜੇ ਵਾਈਟ ਡੱਬ ਹੈਗੇ ਆ। ਠੀਕ ਆ। ਸੋ ਥਣ ਚੱਡੇ ਦੀ ਕਾਫੀ ਸੋਹਣੀ ਆ ਦੋਸਤੋ, ਹਾਈਐਸਟ ਮਿਲਕ ਕਪੈਸਿਟੀ ਜਿਹੜੀ ਵੀਰਾਂ ਦਾ ਵੀ 40 ਦੇ ਅੰਦਰ ਬਾਰ ਜਿਹੜੀ ਆ ਪਹਿਲੇ ਸੂਬੇ ਦੀ ਰਹੀ ਆ, 38 ਲੀਟਰ। ਸੋ ਇਸ ਵਾਰ ਵੀ ਦੋਸਤੋ ਚੰਗੀ ਉਮੀਦ ਕੀਤੀ ਜਾ ਸਕਦੀ ਹੈ, ਕਿਉਂਕਿ ਜਿਹੜਾ ਬਰੀਡ ਵਾਲਾ ਪਸ਼ੂ ਆ, ਨਸਲ ਬਸਲ ਵਾਲਾ ਪਸ਼ੂ ਆ, ਉਹਨੇ ਦੁੱਧ ਜਿਹੜਾ ਦੋਸਤੋ ਭਰਨਾ ਹੀ ਭਰਨਾ ਹੈ। ਇਹਦਾ ਵੀਰ ਜੀ ਮਹਾਰਾਜ ਸੁੱਖ ਰੱਖੇ, ਕਰਮ ਵਾਲੀ ਦੀ ਉਮਰ ਚਾਹੀਦੀ ਹੈ, ਇਹਦਾ ਆਪਾਂ ਰਿਵਿਊ ਲਵਾਂਗੇ ਜਾ ਕੇ ਫਾਰਮ ਦੇ ਵਿੱਚ। ਮਤਲਬ ਕਿ ਤੁਸੀਂ ਮਿਲਕਿੰਗ ਵੀ ਚੈੱਕ ਕਰੋਗੇ ਵੀ ਵਾਕਈ ਕਿੰਨੇ ਲੀਟਰ 'ਤੇ ਚੱਲ ਰਹੀ ਹੈ, ਕਿੰਨੇ ਲੀਟਰ 'ਤੇ ਚੱਲ ਰਹੀ ਹੈ। ਬਿਲਕੁਲ ਜੀ, ਬਿਲਕੁਲ। ਸੋ ਉਦੋਂ ਮੈਨੂੰ ਲੱਗਦਾ ਵੀ ਚਲੋ ਬਹੁਲਾ ਹੋਊਗਾ, ਬਾਕੀ ਬਿਲਕੁਲ ਪੀਕ 'ਤੇ ਜਾਂਦੇ ਜਾਂਦੇ ਚੈੱਕ ਜ਼ਰੂਰ ਕਰਿਓ। ਹਾਂ, ਜ਼ਰੂਰ ਕਰਨੀ। ਸੋ ਕਾਫੀ ਸੋਹਣੀ ਦੋਸਤੋ, ਬਾਕੀ ਮੂੰਹ ਮੱਥੇ ਦੀ ਤੁਸੀਂ ਇੱਕ ਵਾਰੀ ਕੁਆਲਿਟੀ ਵੇਖ ਕੇ ਜ਼ਰੂਰ ਚੈੱਕ ਕਰੋ, ਛੋਟੇ ਜਿਹੇ ਕੰਨ ਆ, ਆਹ ਫੇਸ ਕੁਆਲਿਟੀ ਅਤੇ ਸੋਹਣੀ ਆ, ਜਿੰਨੀ ਆ ਕਰਮਾਂ ਦੀ ਨਿੱਗਰ ਆ, ਅਤੇ ਵਜਨ ਵੁਜਨ ਕਾਫੀ ਇਸ ਬੈਟ ਦਾ, ਆਹ ਦੇਖੋ ਜੀ। ਸੋ ਇੱਕ ਵਾਰੀ ਤੁਹਾਨੂੰ ਥੋੜ੍ਹਾ ਜਿਹਾ ਤੋਰ ਕੇ ਵੀ ਦੋਸਤੋ ਤਸੱਲੀ ਨਾਲ ਜ਼ਰੂਰ ਦਿਖਾਉਂਦੇ ਹਾਂ, ਆਹ ਦਿਖਾ ਦਈਏ ਇੱਕ ਵਾਰੀ ਫਿਰ ਜੀ। ਲਿਆਓ ਵੀਰ ਗੁਰਪ੍ਰੀਤ, ਠੀਕ ਆ ਭਰਾ ਜੀ, ਠੀਕ ਆ, ਮੋੜ ਦਈਏ। ਲਓ ਵੀ ਦੋਸਤੋ, ਇਸੇ ਤਰ੍ਹਾਂ ਦੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ, ਬਾਕੀ ਆਓ ਆਪਦੀ ਨਰਕ ਪਰਖ ਕਰੋ, ਆਪਣੀ ਤਸੱਲੀ ਕਰੋ। ਜਿਹੜੇ ਵੀਰ ਨੇ ਕਿਉਂਕਿ ਪੈਸੇ ਖਰਚ ਕਰਨੇ, ਉਹਨੇ ਹਰ ਇੱਕ ਪੱਖ ਤੋਂ, ਹਰ ਇੱਕ ਪਹਿਲੂ ਤੋਂ ਜਿਹੜੀ ਦੋਸਤੋ ਤਸੱਲੀ ਕਰਨੀ ਹੁੰਦੀ ਹੈ ਪਸ਼ੂ ਦੀ। ਸੋ ਚੰਗੀ ਵੈੜ ਆ ਦੋਸਤੋ, ਚੰਗਾ ਪਸ਼ੂ ਧੰਨ ਆ। ਸੋ ਸੋਹਣੀ ਉਮੀਦ ਆਪਾਂ ਕਰ ਸਕਦੇ ਹਾਂ, ਜਦੋਂ ਹਾਈਐਸਟ ਮਿਲਕ ਅਤੇ ਪੀਕ 'ਤੇ ਬਿਲਕੁਲ ਚੱਲੀ, ਤਾਂ ਬਹੁਤ ਸੋਹਣੀ ਇਹਦੀ ਉਮੀਦ ਕੀਤੀ ਜਾ ਸਕਦੀ ਹੈ। ਸੋ ਇਹ ਵੈੜ ਅੱਜ ਜਿਹੜੀ ਹੈ ਦੋਸਤੋ ਵੀਰ ਨੇ ਦਿਖਾਉਣੀ ਸੀਗੀ, ਠੀਕ ਆ ਜੀ। ਦਿਖਾਉਣ ਦਾ ਜਿਹੜਾ ਪਰਪਸ ਇਹ ਹੈਗਾ ਦੋਸਤੋ, ਵੀ ਇਹੋ ਜਿਹੇ ਪਸ਼ੂ ਆਉਂਦੇ ਰਹਿੰਦੇ ਆ, ਫਿਲਹਾਲ ਇਹ ਸੇਲ ਹੋ ਚੁੱਕੀ ਹੈ, ਉਹ ਵੀ ਆਪਾਂ ਜੇ ਪੁੱਛ ਲੈਂਦੇ ਵੀਰ ਜੇ ਦੱਸਣਾ ਚਾਹੇ ਤਾਂ। ਗੁਰਪ੍ਰੀਤ, ਦੱਸਣਾ ਚਾਹੋਗੇ ਵੀਰ ਜੀ ਕੀ ਰੇਟ ਕਿੰਨੇ ਦੀ ਸੇਲ ਹੋਈ ਆ? ਨਹੀਂ ਵੀਰ ਜੀ, ਉਹਨਾਂ ਨਾਲ ਆਪਣੇ ਨੇ ਫਾਰਮ ਵਾਲੇ ਵੀਰਾਂ ਨੇ ਮਨਾ ਕੀਤਾ ਵੀ ਨਹੀਂ। ਅੱਛਾ ਜੀ। ਹਾਂਜੀ, ਉਹ ਆਉਂਦੇ ਵੀ ਹੈਗੀ ਚੰਗੀ ਕੀਮਤ ਦੀ ਜੀ, ਫਾਰਮ ਬਹੁਤ ਚੰਗਾ ਵਾ। ਠੀਕ ਹੈ ਭਰਾ ਜੀ, ਠੀਕ ਆ। ਅਤੇ ਹੈ ਆਪਣੇ ਇੱਧਰ ਬੈਲਟ ਵਿੱਚ ਹੀ ਆ ਕਿ ਜਾਂ ਪਾਸੇ? ਨਹੀਂ ਨਹੀਂ, ਆਪਣੇ ਬੈਲਟ ਵਿੱਚ, ਆਪਣੇ ਮਾਝਾ ਬੈਲਟ 'ਚ। ਹਾਂਜੀ, ਠੀਕ ਆ। ਆਪਾਂ ਅੱਜ ਤੋਂ ਜਦੋਂ ਇਹ ਚੜ੍ਹ ਗਈ ਪੀਕ ਲੈਵਲ 'ਤੇ, ਆਪਾਂ ਉਸ ਫਾਰਮ 'ਤੇ ਵੀ ਜਾਵਾਂਗੇ। ਹਾਂ, ਜ਼ਰੂਰ ਝਾਤ ਮਰਵਾਵਾਂਗੇ। ਤੁਸੀਂ ਦੇਖ ਲਓ ਆਪਾਂ ਇਹ ਬੈਡ ਵੀ, ਚਲੋ ਕਰਮਾਂ ਵਾਲੀ ਜਦੋਂ ਬਿਲਕੁਲ ਦੁੱਧ 'ਤੇ ਚੱਲੀ ਅਤੇ ਦਿਖਾਵਾਂਗੇ ਤੁਹਾਨੂੰ, ਠੀਕ ਹੈ ਜੀ। ਇਹ ਸੇਲ ਹੋ ਚੁੱਕੀ ਆ, ਅਤੇ ਬਾਕੀ ਗੁਰਪ੍ਰੀਤ ਵੀਰ, ਅੱਗੇ ਕਿਸੇ ਵੀਰਾਂ ਨੇ ਤੁਹਾਡੇ ਤੋਂ ਕੋਈ ਪਸ਼ੂ ਖਰੀਦਣਾ, ਵਿਹੜਾ ਖਰੀਦਣਾ, ਤਾਂ ਨੰਬਰ ਜ਼ਰੂਰ ਆਪਣੇ ਭੈਣ ਭਰਾਵਾਂ ਸੱਜਣਾਂ ਨਾਲ ਸਾਂਝੇ ਕਰ ਦੇਗੇ। ਵੀਰ ਜੀ, ਮੋਬਾਈਲ ਨੰਬਰ 9157 807 77 987 88।
ਠੀਕ ਹੈ ਜੀ। ਕਿਉਂਕਿ ਇਹ ਜਿਹੜੇ ਵੀਰ ਨੇ ਆਪਣੇ ਨੇ ਬਿਲਕੁਲ ਖਾਸ ਆਪਣੇ ਨਜ਼ਦੀਕੀ ਚੱਲੀ ਆ। ਹਾਂਜੀ। ਅਤੇ ਉਹਨਾਂ ਤੁਹਾਨੂੰ ਦੱਸਿਆ ਵੀ ਸ਼ੌਂਕੀਆ ਉਹਨਾਂ ਦਾ, ਉਹਨਾਂ ਨੂੰ ਪੈਸੇ ਦਾ ਤਾਂ ਕੋਈ ਚੱਕਰ ਹੀ ਨਹੀਂ ਵੀ ਉਹਨਾਂ ਪਸ਼ੂ ਉਹਨਾਂ ਨੂੰ ਚਾਹੀਦਾ ਕੁਆਲਿਟੀ ਵਾਲਾ। ਹਾਂਜੀ ਹਾਂਜੀ ਹਾਂਜੀ। ਲਓ ਜੀ ਦੋਸਤੋ, ਸੋ ਵਾਇਰ ਕਾਫੀ ਸੋਹਣੀ ਆ ਦੋਸਤੋ, ਅਤੇ ਵੀਰਾਂ ਦਾ ਵੀ ਅੱਗੇ ਸ਼ੌਂਕ ਨਾਲ ਹੀ ਖਰੀਦੀ ਆ, ਸ਼ੌਂਕ ਨਾਲ ਹੀ ਪੈਸੇ ਇਨਵੈਸਟ ਕੀਤੇ ਆ ਦੋਸਤੋ। ਚੰਗਾ ਪਸ਼ੂ ਆਪਾਂ ਨੂੰ ਪਤਾ ਪੈਸੇ ਭਰ ਕੇ ਫਿਰ ਖਰੀਦਿਆ ਜਾਂਦਾ, ਅਤੇ ਜਿਹੜੇ ਮੇਰੇ ਵੀਰ ਆਪਣੇ ਨਾਲ ਜੁੜੇ ਆ, ਅੱਗੇ ਆਉਣ ਵਾਲੀਆਂ ਵੀਡੀਓ ਵੀ ਤੁਸੀਂ ਦੇਖਦੇ ਰਹੋ, ਇਸ ਤਰ੍ਹਾਂ ਦੇ ਪਸ਼ੂ ਜਿਹੜੇ ਦੋਸਤੋ ਹਾਈਐਸਟ ਮਿਲਕ ਕਪੈਸਿਟੀ ਵਾਲੇ ਤੁਹਾਨੂੰ ਦਿਖਾਉਂਦੇ ਰਹਾਂਗੇ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।